ਇਸ ਵਕਤ ਮੈਂ ਵੋਲਵੋ ਦੀ ਬੱਸ ਦੇ ਵਿੱਚ ਹੈ। ਖਾਸ ਬੱਸ ਇਹ ਤਿਆਰ ਕੀਤੀ ਗਈ ਹੈ, ਬੜੀ ਹੀ ਲਗਜ਼ਰੀ ਬੱਸ ਹੈ, 10 ਸੀਟਰ ਬੱਸ ਹੈ, VVIP ਮੂਵਮੈਂਟ ਦੇ ਲਈ ਇਹ ਬੱਸ ਹੈ ਅਤੇ ਇਸ ਕੁਆਰ ਮੈਂ ਤੁਹਾਨੂੰ ਇਹ ਦਿਖਾਉਣਾ। ਬਿਲਕੁਲ ਉਸੇ ਤਰੀਕੇ ਦੇ ਨਾਲ ਸੀਟਾਂ ਇੱਥੇ ਬਣਾਈਆਂ ਗਈਆਂ ਨੇ ਜਿਸ ਤਰੀਕੇ ਦੇ ਨਾਲ ਅਗਰ ਤੁਸੀਂ ਕਦੇ ਫਲਾਈਟ ਦੇ ਵਿੱਚ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰਦੇ ਹੋ ਤੁਹਾਨੂੰ ਪੂਰਾ ਉਸੇ ਤਰੀਕੇ ਦਾ ਇੱਥੇ ਅਨੁਭਵ ਮਹਿਸੂਸ ਹੋਊਗਾ। 10 ਸੀਟਾਂ ਨੇ, 1, 2, 3, 4, 5 ਔਰ 5 ਹੀ ਮੇਰੇ ਲੈਫਟ ਸਾਈਡ 'ਤੇ ਔਰ 5 ਹੀ ਰਾਈਟ ਸਾਈਡ 'ਤੇ ਸੀਟਾਂ ਨੇ। ਇਸ ਬੱਸ ਦੀ ਇੱਕ ਖਾਸੀਅਤ ਕੀ ਹੈ ਤੁਹਾਨੂੰ ਉਹ ਦਿਖਾਉਣਾ ਸਪੈਸ਼ਲ। ਆਹ ਦੇਖੋ ਜ਼ਰਾ, ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕਿਤੇ ਵੀ ਸਫ਼ਰ ਕਰਨ ਵੇਲੇ ਬੋਰ ਨਾ ਹੋਵੋ, ਤੁਹਾਡੇ ਲਈ ਇੱਥੇ ਪੂਰਾ ਇੱਕ ਸਿਸਟਮ ਦਿੱਤਾ ਗਿਆ। ਇਸ ਨੂੰ ਤੁਸੀਂ ਆਪਣੀ ਸਹੂਲਤ ਦੇ ਹਿਸਾਬ ਦੇ ਨਾਲ ਅੱਗੇ ਜਾਂ ਪਿੱਛੇ ਕਰ ਸਕਦੇ ਹੋ, ਮੂਵ ਕਰ ਸਕਦੇ ਹੋ। ਅਗਰ ਜਾਂਦਿਆਂ ਦੇ ਕੋਈ ਸ਼ੋਪਿੰਗ ਕਰਨਾ ਚਾਹੁੰਦੇ ਹੋ ਤੁਸੀਂ ਸ਼ੋਪਿੰਗ ਵੀ ਕਰ ਸਕਦੇ ਹੋ। ਤੁਹਾਡੇ ਕੋਲ ਬਹੁਤ ਮੂਵੀਜ਼ ਨੇ, ਇੰਗਲਿਸ਼, ਹਿੰਦੀ, ਪੰਜਾਬੀ, ਜਿਸ ਵੀ ਤਰੀਕੇ ਦੀ ਤੁਸੀਂ ਸ਼ੌਂਕ ਰੱਖਦੇ ਹੋ, ਤੁਹਾਡੀ ਇੰਟਰਸਟ ਹੈ, ਤੁਸੀਂ ਦੇਖ ਸਕਦੇ ਹੋ। ਫਿਰ ਅਗਰ ਤੁਹਾਡਾ ਗੇਮ ਖੇਡਣ ਦਾ ਮਨ ਹੈ ਤਾਂ ਇਸ ਦੇ ਵਿੱਚ ਗੇਮਸ ਨੇ, ਤੁਸੀਂ ਕਿੱਥੋਂ ਕਿੱਥੇ ਤੱਕ ਜਾ ਰਹੇ ਹੋ ਪੂਰੇ ਵਰਲਡ ਦਾ ਮੈਪ ਤੁਹਾਡੇ ਕੋਲ ਸਾਹਮਣੇ ਸ਼ੋ ਹੈ, ਤੁਹਾਨੂੰ ਪਤਾ ਚੱਲਦਾ ਰਹੂਗਾ ਕਿ ਤੁਸੀਂ ਇਸ ਵਕਤ ਕਿੱਥੇ ਹੋ ਔਰ ਕਿੱਥੇ ਜਾਣਾ। ਹੁਣ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾਉਣਾ ਇਸ ਦੇ ਵਿੱਚ। ਆਹ ਦੇਖੋ ਆਰਮਰੈਸਟ, ਅਗਰ ਤੁਸੀਂ ਕੰਫਰਟੇਬਲ ਡਰਾਈਵ 'ਚ ਜਾ ਰਹੇ ਹੋ, ਇੱਥੇ ਆਰਮਰੈਸਟ ਹੈ। ਇਸ ਨੂੰ ਤੁਸੀਂ ਅਗਰ ਖੋਲੋਗੇ ਤਾਂ ਇਸ ਦੇ ਵਿੱਚ 4 ਬਟਨਸ ਦਿੱਤੇ ਹੋਏ ਨੇ। ਹੁਣ ਤੁਹਾਨੂੰ ਇਹਨਾਂ ਬਟਨਸ ਦਾ ਮੈਂ ਦਿਖਾਉਣਾ। ਅਗਰ ਤੁਸੀਂ ਲੰਬੇ ਰਸਤੇ 'ਤੇ ਹੋ, ਥੱਕੇ ਹੋਏ ਹੋ, ਤਾਂ ਤੁਸੀਂ ਅਪ ਦਾ ਬਟਨ ਦਬਾਓਗੇ ਤਾਂ ਦੇਖੋ ਇਹ ਆਪਣੇ ਆਪ ਮੂਵ ਹੋਣਾ ਸ਼ੁਰੂ ਹੋ ਗਈ ਹੈ। ਇਹ ਹੈ ਲੈਗ ਰੈਸਟ। ਲੈਗ ਰੈਸਟ ਦੇ ਨਾਲ ਤੁਸੀਂ ਬੜੇ ਆਰਾਮ ਨਾਲ ਬੈਠ ਕੇ ਆਪਣੇ ਸਫ਼ਰ ਨੂੰ ਇੰਜੋਏ ਕਰ ਸਕਦੇ ਹੋ। ਅਗਰ ਤੁਸੀਂ ਸੋਣਾ ਚਾਹੁੰਦੇ ਹੋ ਤਾਂ ਤੁਹਾਡਾ ਬੈੱਡ ਵੀ ਬਣ ਜੂਗਾ। ਹੁਣ ਆਹ ਅੱਗੇ 2 ਬਟਨ ਹੋਰ ਦਿੱਤੇ ਹੋਏ ਨੇ ਅਪ ਐਂਡ ਡਾਊਨ ਦਾ। ਅਗਰ ਤੁਸੀਂ ਸੀਟ ਨੂੰ ਪਿੱਛੇ ਨੂੰ ਮੂਵ ਕਰਨਾ ਚਾਹੁੰਦੇ ਹੋ ਤਾਂ ਦੇਖੋ ਸੀਟ ਪਿੱਛੇ ਨੂੰ ਜਾ ਰਹੀ ਹੈ, ਅੱਗੇ ਆ ਰਹੀ ਹੈ, ਪਿੱਛੇ ਜਾ ਰਹੀ ਹੈ। ਇਹ ਤੁਹਾਡਾ ਪੂਰਾ ਬੈੱਡ ਬਣ ਜਾਊਗਾ। ਤੁਸੀਂ ਆਪਣੀਆਂ ਲੱਤਾਂ ਸਿੱਧੀਆਂ ਰੱਖ ਕੇ ਤੁਸੀਂ ਇੱਥੇ ਸੌ ਵੀ ਸਕਦੇ ਹੋ ਅਗਰ ਤੁਸੀਂ ਕਿਸੇ ਲੰਬੇ ਸਫ਼ਰ ਦੇ ਉੱਤੇ ਜਾ ਰਹੇ ਹੋ। ਅਗਰ ਤੁਸੀਂ ਸੀਟ ਨੂੰ ਅਪ ਕਰਨਾ ਤਾਂ ਤੁਸੀਂ ਅਪ ਕਰ ਸਕਦੇ ਹੋ, ਤੁਹਾਡੀ ਆਰਾਮ ਨਾਲ ਇੱਕ ਚੇਅਰ ਬਣ ਜਾਊਗੀ। ਅਗਰ ਤੁਸੀਂ ਇਹਨੂੰ ਡਾਊਨ ਕਰਨਾ ਤਾਂ ਇਹ ਡਾਊਨ ਹੋ ਜਾਊਗੀ। ਇਹ ਸਭ ਸਹੂਲਤ ਦਿੱਤੀ ਗਈ ਹੈ ਤਾਂ ਕਿ ਤੁਹਾਡਾ ਜੋ ਸਫ਼ਰ ਹੈ ਉਹ ਬੜਾ ਵਧੀਆ ਹੋਵੇ, ਥੱਕੋ ਨਾ ਤੁਸੀਂ। ਤਾਂ ਹਰ ਇੱਕ ਚੀਜ਼ ਲਗਜ਼ਰੀ ਦਾ ਖਾਸ ਕਰਕੇ ਧਿਆਨ ਰੱਖਿਆ ਹੋਇਆ, ਕੰਫਰਟ ਦਾ ਧਿਆਨ ਰੱਖਿਆ ਹੋਇਆ ਔਰ ਕੰਫਰਟ ਦੇ ਹੀ ਇਸ ਦੇ ਵਿੱਚ ਪੈਸੇ ਨੇ। ਇੰਨਾ ਹੀ ਨਹੀਂ, ਤੁਹਾਡੇ ਕੋਲ ਲਗੇਜ ਹੈ ਤਾਂ ਲਗੇਜ ਰੱਖਣ ਲਈ ਤੁਹਾਡੇ ਕੋਲ ਕਾਫੀ ਜ਼ਿਆਦਾ ਸਪੇਸ ਹੈ। 10 ਲੋਕਾਂ ਦੇ ਹਿਸਾਬ ਦੇ ਨਾਲ ਸਿਰਫ, ਅਗਰ ਤੁਸੀਂ ਕਹੋ ਘੱਟ ਹੈ, ਨਹੀਂ, 10 ਲੋਕਾਂ ਦੇ ਹਿਸਾਬ ਦੇ ਨਾਲ ਤੁਹਾਡੇ ਕੋਲ ਸਪੇਸ ਬਹੁਤ ਜ਼ਿਆਦਾ। ਆਓ ਤੁਹਾਨੂੰ ਹੋਰ ਵੀ ਦਿਖਾਉਣਾ ਇਸ ਬੱਸ ਦੇ ਵਿੱਚ ਹੋਰ ਖਾਸੀਅਤ ਕੀ ਹੈ। ਅਗਰ ਤੁਸੀਂ ਜਾ ਰਹੇ ਹੋ ਬਿਜ਼ਨਸ ਕਲਾਸ, ਕਾਰਪੋਰੇਟ, ਅਗਰ ਤੁਸੀਂ ਕਿਸੇ ਟੂਰ 'ਤੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਇਸ ਬੱਸ ਦੇ ਵਿੱਚ ਹੋਰ ਵੀ ਸਹੂਲਤਾਂ ਨੇ। ਤੁਹਾਨੂੰ ਇੱਥੇ ਕਿਚਨ ਮਿਲ ਜਾਊਗੀ, ਅਗਰ ਤੁਸੀਂ ਕੌਫੀ ਮਸ਼ੀਨ ਇੱਥੇ ਹੈ, ਤੁਸੀਂ ਆਪਣੇ ਹਿਸਾਬ ਦੇ ਨਾਲ ਕੁਛ ਵੀ ਰੱਖ ਸਕਦੇ ਹੋ। ਇੱਥੇ ਤੁਹਾਨੂੰ ਰੈਫਰੀਜਰੇਟਰ ਵੀ ਮਿਲਿਆ ਹੋਇਆ ਜਿਸ ਦੇ ਵਿੱਚ ਤੁਸੀਂ ਕਿਸੇ ਵੀ ਤਰੀਕੇ ਦੀ ਠੰਡਾ ਪਾਣੀ, ਕੋਲਡ ਡਰਿੰਕ ਰੱਖ ਸਕਦੇ ਹੋ। ਇਸ ਤੋਂ ਇਲਾਵਾ ਇਹ ਦੇਖੋ ਕਟਲਰੀ ਰੱਖਣ ਨੂੰ ਹਰ ਚੀਜ਼ ਬਹੁਤ ਸੋਹਣੀ ਸਜਾਈ ਵੀ ਹੈ, ਪੂਰਾ ਇੱਥੇ ਕੈਬਨਿਟ ਹੈ, ਮਾਈਕ੍ਰੋਵੇਵ ਇੱਥੇ ਰੱਖਿਆ ਹੋਇਆ। ਇੰਨਾ ਹੀ ਨਹੀਂ, ਅਗਰ ਤੁਸੀਂ ਕਿਸੇ ਲੌਂਗ ਸਫ਼ਰ 'ਤੇ, ਲੰਬੇ ਸਫ਼ਰ 'ਤੇ ਜਾ ਰਹੇ ਹੋ ਤਾਂ ਇੱਥੇ ਰੈਸਟ ਰੂਮ ਵੀ ਬਣਿਆ ਹੋਇਆ। ਤੁਸੀਂ ਇਸ ਨੂੰ ਖੋਲੋਗੇ ਤਾਂ ਮੈਂ ਤੁਹਾਨੂੰ ਦਿਖਾ ਦੇਣਾ, ਬਿਲਕੁਲ ਛੋਟਾ ਜਿਹਾ, ਨੀਟ ਐਂਡ ਕਲੀਨ, ਉਸੇ ਤਰੀਕੇ ਦਾ ਜਿਸ ਤਰੀਕੇ ਨਾਲ ਫਲਾਈਟ ਦੇ ਵਿੱਚ ਹੁੰਦਾ। ਪਹਿਲਾਂ ਤੁਹਾਨੂੰ ਦੇਖਣ 'ਚ ਸ਼ਾਇਦ ਲੱਗ ਰਿਹਾ ਹੋਵੇ ਕਿ ਬਹੁਤ ਜ਼ਿਆਦਾ ਸਪੇਸ ਨਹੀਂ ਹੈ, ਲੇਕਿਨ ਅਗਰ ਤੁਸੀਂ ਅੰਦਰ ਜਾਂਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਠੀਕ ਠਾਕ ਇੱਥੇ ਸਪੇਸ ਹੈ। ਅਗਰ ਤੁਸੀਂ ਵਾਸ਼ਰੂਮ ਜਾਂਦੇ ਹੋ ਇਸੇ ਥਾਂ ਦੇ ਉੱਤੇ ਹੱਥ ਧੋਣ ਹੈ, ਕੈਬਨਿਟ ਹੈ, ਅਗਰ ਤੁਸੀਂ ਕੋਈ ਸਮਾਨ ਰੱਖਣਾ ਚਾਹੋ ਜਾਂ ਕੁਝ ਹੋਰ ਰੱਖਣਾ ਚਾਹੋ, ਕਾਫੀ ਜ਼ਿਆਦਾ ਇਸ ਵਿੱਚ ਸਹੂਲਤ ਦਿੱਤੀ ਵੀ ਹੈ। ਤਾਂ ਅਸੀਂ ਰੈਸਟ ਰੂਮ ਤਾਂ ਵੋਲਵੋ ਇੰਡੀਆ ਤੋਂ ਸਾਡੇ ਨਾਲ ਖਾਸ ਮਹਿਮਾਨ ਚੰਦਨ ਕੁਮਾਰ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਬੜੀ ਹੀ ਇੱਕ ਵਧੀਆ, ਤੁਸੀਂ ਇੱਕ ਆਈਕੋਨਿਕ ਪ੍ਰੋਡਕਟ ਇਹ ਜਿਹਾ ਤੁਸੀਂ ਬਣਾਇਆ, ਹਰ ਕੋਈ ਇਸਦੀ ਤਾਰੀਫ ਕਰ ਰਿਹਾ ਹੈ, ਇਸ ਦੇ ਬਾਰੇ ਤੁਸੀਂ ਕੋਈ ਥੋੜ੍ਹਾ ਜਿਹਾ ਹੋਰ ਸਾਨੂੰ ਡਿਟੇਲ ਦੱਸਣਾ ਚਾਹੋਗੇ? ਇਹ ਵੋਲਵੋ 9600 ਪਲੇਟਫਾਰਮ ਹੈ ਜੀ, 15 ਮੀਟਰ ਦੀ ਗਾੜੀ ਹੈ, ਇਕਵਿਪ ਵਿਦ 8 ਲੀਟਰ ਵੋਲਵੋ ਡੀ ਸੀਰੀਜ਼ ਇੰਜਨ, 350 ਐਚਪੀ ਕਾ ਇੰਜਨ ਲਗਾ ਹੁਆ ਹੈ ਇਸਮੇ। ਯੇ ਪਰਟੀਕੁਲਰ ਸੈਗਮੈਂਟ ਹਮਨੇ 1:1 ਬਿਜ਼ਨਸ ਕਲਾਸ ਡਿਵੈਲਪ ਕੀਆ। ਯੇ ਸੈਗਮੈਂਟ ਡਿਵੈਲਪ ਕਰਨ ਕੇ ਪਿੱਛੇ ਹਮਾਰਾ ਰੀਜ਼ਨ ਥਾ ਕਿ ਹਮ
ਕਾਰਪੋਰੇਟ ਟਰੈਵਲਿੰਗ, CEO, CFOs ਕਾ ਟਰੈਵਲਿੰਗ, ਬਿਊਰੋਕ੍ਰੈਟਸ, ਮਿਨਿਸਟਰਸ, ਫੋਰਨ ਟੂਰਿਸਟ, ਐਸੇ ਸੈਗਮੈਂਟ ਕੋ ਇੱਕ ਰੋਡ ਕੇ ਉੱਪਰ ਵੋ ਫੀਲ ਦੇਣਾ ਚਾਹਤੇ ਥੇ ਕਿ ਯੂ ਕੈਨ ਹੈਵ ਅ ਬਿਜ਼ਨਸ ਕਲਾਸ ਫੀਲ ਔਨ ਦ ਰੋਡ। ਓਕੇ, ਇਸਕੇ ਲੀਏ ਹਮਨੇ ਕਾਫੀ ਡਿਲੀਬਰੇਸ਼ਨ ਕਰਕੇ ਯੇ ਡਿਜ਼ਾਈਨ ਕੋ ਤਿਆਰ ਕੀਆ, 1:1 ਲੇਆਊਟ ਕੇ ਸਾਥ ਗਾੜੀ ਕੋ ਬਣਾਈ ਐਂਡ ਵਿਦ ਆਪਨੇ ਦੇਖਾ ਬਿਲਕੁਲ ਸਰ ਸੀਟਾਂ ਤਾਂ ਬਿਲਕੁਲ ਇਸ ਤਰੀਕੇ ਨਾਲ ਹੁੰਦਾ ਜਿਵੇਂ ਅਸੀਂ ਕਿਸੇ ਪਲੇਨ ਦੇ ਵਿੱਚ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰ ਰਹੀ ਹੋਈਏ, ਸ਼ਾਇਦ ਬਿਜ਼ਨਸ ਕਲਾਸ ਤੋਂ ਘੱਟ ਨਹੀਂ ਹੈ। ਇਸ ਦੇ ਬਾਰੇ ਅਗਰ ਤੁਸੀਂ ਕੋਈ ਸਪੈਸ਼ਲ ਦੱਸਣਾ ਹੋਵੇ ਤਾਂ ਕਿਸ ਤਰੀਕੇ ਦਾ ਕੰਫਰਟ ਮਿਲੂਗਾ? ਹਮਨੇ ਇਸਕੋ ਪੂਰੀ ਤਰ੍ਹਾਂ ਸੇ 120 ਡਿਗਰੀ ਕਾ ਰਿਕਲਾਈਨਿੰਗ ਸੀਟ ਲਗਾ ਕੇ ਦੀਆ, ਸੋ ਦੈਟ ਰਿਕਲਾਈਨਿੰਗ ਸੀਟ ਵਿਦ ਅ ਕਾਫ ਸਪੋਰਟ, ਤਾਂ ਕਿ ਆਪ ਜਬ ਗਾੜੀ ਮੇ ਟਰੈਵਲ ਕਰ ਰਹੇ ਹੋ ਔਰ ਆਪ ਰਿਲੈਕਸ ਕਰਨਾ ਚਾਹਤੇ ਹੈ ਤੋ ਆਪ ਪੂਰੀ ਤਰ੍ਹਾਂ ਸੇ ਕਰੀਬ ਕਰੀਬ ਨਾਟ 100% ਬਟ ਆਪ 80-90% ਸਲੀਪਿੰਗ ਕੰਡੀਸ਼ਨ ਮੇ ਆ ਜਾਤਾ ਹੈ। ਯੂ ਕੈਨ ਪੁੱਟ ਯੋਰ ਫਿਟ ਹੇਅਰ, ਆਪ 100% ਇਸਕੋ ਰਿਕਲਾਈਨ ਕਰ ਸਕਤੇ ਹੈ, ਕਾਫ ਸਪੋਰਟ ਕੋ ਚਾਲੂ ਰੱਖ ਕੇ ਯੂ ਵਿਲ ਗੈਟ ਦ ਸਪੋਰਟ ਔਰ ਆਪ ਇੱਕ ਕਾਫੀ ਕੰਫਰਟੇਬਲ ਲਾਈਕ ਯੋਰ ਬੈਡਰੂਮ। ਸਰ ਸਪੇਸ਼ੀਅਸ ਵੀ ਕਾਫੀ, ਅਗਰ ਬੰਦਾ ਕਹਿੰਦਾ ਲਗੇਜ ਲੈ ਕੇ ਜਾਣਾ ਚਾਹੁੰਦਾ ਲਗੇਜ ਲਈ ਸ਼ਾਇਦ ਇੱਥੇ ਕਾਫੀ ਸਮਾਨ ਹੈ। ਅਗਰ ਕੋਈ ਕਾਰਪੋਰੇਟ ਮੀਟਿੰਗਸ ਦੇ ਲਈ ਜਾ ਰਹੇ ਨੇ ਜਾਂ ਕੋਈ ਕਾਰਪੋਰੇਟ ਕਿਸੇ ਟੂਰ ਤੇ ਜਾ ਰਹੇ ਨੇ, ਕੋਈ ਫੈਮਿਲੀ ਜਾ ਰਹੀ ਹੈ, ਤੇ ਤੁਸੀਂ ਇੱਕ ਮਿੰਨੀ ਕਿਚਨ ਵੀ ਦਿੱਤੀ ਹੈ ਨਾਲ? ਯੈਸ, ਉਸੇ ਤਰ੍ਹਾਂ ਸਮਨੇ ਡਿਜ਼ਾਈਨ ਕੀਤਾ ਕਿ ਅਗਰ ਕੁਝ 10 ਲੋਕ ਟਰੈਵਲ ਕਰ ਰਹੇ ਹੈ ਇੱਕ ਕੰਪਨੀ ਕੇ, ਤੋ ਦੇ ਕੈਨ ਹੈਵ ਅ ਰਿਫਰੈਸ਼ਮੈਂਟ ਵਾਈਲ ਔਨ ਦਾ ਗੋ, ਵੀ ਹੈਵ ਅ ਕੈਮੀਕਲ ਟਾਇਲਟ ਫੈਸਿਲਿਟੀ ਕਿ ਜਬ ਆਦਮੀ ਨਿਕਲਾ ਹੈ ਤੋ ਬਸ ਰੋਕਣੀ ਨਾ ਪੜ ਜਾਏ ਕਿਉਂਕਿ ਕੰਟਰੀ ਮੇ ਆਜ ਵੀ ਹਾਈਜੀਨ ਇਤਨਾ ਜ਼ਿਆਦਾ ਨਹੀਂ ਹੈ। ਇਹ ਵੈਕਿਊਮ ਟਾਇਲਟ ਹੈ ਜਾਂ ਨਾਰਮਲ ਵਾਟਰ ਟਾਇਲਟ? ਕੈਮੀਕਲ ਇਸ ਦੇ ਵਿੱਚ ਕੀ ਫਰਕ ਹੁੰਦਾ ਹੈ? ਨਾਰਮਲ ਔਰ ਕੈਮੀਕਲ, ਨਾਰਮਲ ਔਰ ਕੈਮੀਕਲ ਕੇ ਬੀਚ ਮੇ ਇਹ ਫਰਕ ਹੋਤਾ ਹੈ ਕਿ ਇਸਕਾ ਜੋ ਵੇਸਟ ਪ੍ਰੋਡਕਟ ਨਿਕਲਤਾ ਹੈ ਵੋ ਕੈਮੀਕਲੀ ਟ੍ਰੀਟ ਹੋ ਕੇ ਫਿਰ ਇੱਕ ਕੰਟੇਨਰ ਮੇ ਆਤਾ ਹੈ। ਓਕੇ, ਅਲਟੀਮੇਟਲੀ ਇਨਸਾਨ ਕੋ ਹੀ ਸਾਫ ਕਰਨਾ ਹੈ। ਬਿਲਕੁਲ, ਤੋ ਹਮ ਉਸ ਕੰਡੀਸ਼ਨ ਮੇ ਇਨਸਾਨ ਕੋ ਸਾਫ ਕਰਨੇ ਨਹੀਂ ਦੇਣਾ ਚਾਹਤੇ ਹੈ ਜੋ ਹਮ ਖੁਦ ਹੈਂਡਲ ਨਹੀਂ ਕਰ ਸਕਦੇ। ਤੋ ਕੈਮੀਕਲੀ ਟ੍ਰੀਟ ਹੋਣੇ ਕੇ ਬਾਅਦ ਵੋ ਜਸਟ ਇੱਕ ਮਿੱਟੀ ਕੀ ਤਰ੍ਹਾਂ ਇੱਕ ਕੰਪੋਨੈਂਟ ਹੋ ਜਾਤਾ ਹੈ ਜਿਸਕੋ ਸਾਫ ਕਰਨਾ ਬਹੁਤ ਆਸਾਨ ਹੈ ਐਂਡ ਈਜ਼ੀ ਟੂ ਯੂਜ਼ ਇਟ ਜਸਟ ਲਾਈਕ ਅ ਫਲਾਈਟ। ਇਹ ਬਸ ਰੈਡੀ ਹੈ ਇਸ ਵਕਤ ਸੜਕ ਤੇ ਦੌੜਨ ਦੇ ਲਈ ਜਾਂ ਫਿਰ ਹਲੇ ਸਿਰਫ ਇੱਕ ਕਨਸੈਪਟ ਹੀ ਲੈ ਕੇ ਆਏ? ਇਹ ਕਨਸੈਪਟ ਹੈ ਜੋ ਅਭੀ ਹਮ ਲੈ ਕੇ ਆਏ ਹੈ, ਵੀ ਜਸਟ ਵਾਂਟਡ ਟੂ ਸੀ ਕਿ ਲੋਗੋ ਕਾ ਰਿਐਕਸ਼ਨ ਕੈਸਾ ਹੈ ਇਸ ਕਨਸੈਪਟ ਕੇ ਉਪਰ। ਅਭੀ ਇਸ ਕੇ ਉਪਰ ਹਮ ਬਹੁਤ ਸਾਰਾ ਡਿਲੀਬਰੇਸ਼ਨ ਕਰਾਂਗੇ ਐਂਡ ਵੀ ਵਿਲ ਕਮ ਵਿਦ ਮੋਰ ਕਸਟਮਾਈਜੇਸ਼ਨ। ਕੋਈ ਡੀਲਸ ਚੱਲ ਰਹੀਆਂ ਹੋਣ ਕਿਸੇ ਕਾਰਪੋਰੇਟ ਆਫਿਸਿਸ ਦੇ ਨਾਲ ਚੱਲ ਰਹੀਆਂ ਨੇ ਹਲੇ, ਬਹੁਤ ਜਲਦੀ ਉਮੀਦ ਕਰ ਸਕਦੇ ਕਿ ਸੜਕਾਂ ਤੇ ਦੌੜਦੀ ਇਹ ਬਸ ਨਜ਼ਰ ਆਊਗੀ। ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਪੂਰੀ ਬਸ ਇਨਫੋਰਮੇਸ਼ਨ ਦੇਣ ਦੇ ਲਈ। ਤਾਂ ਅਸੀਂ ਇਸ ਵਕਤ ਤੁਹਾਨੂੰ ਬਸ ਦੀਆਂ ਤਸਵੀਰਾਂ ਦਿਖਾਈਆਂ ਨੇ, ਬੜੀ ਹੀ ਸ਼ਾਨਦਾਰ ਬਸ ਹੈ। 10 ਸੀਟਰ ਇਹ ਬਸ ਹੈ, 5 ਸੀਟਾਂ ਇਸ ਸਾਈਡ ਤੇ ਨੇ, 5 ਸੀਟਾਂ ਇਸ ਸਾਈਡ ਤੇ ਨੇ। ਔਰ ਜਦੋਂ ਤੁਸੀਂ ਇਸ ਬੱਸ ਦੇ ਵਿੱਚ ਅਗਰ ਟਰੈਵਲ ਦਾ ਅਨੁਭਵ ਜਾਨਣਾ ਚਾਹੁੰਦੇ ਹੋ ਤਾਂ ਬਿਲਕੁਲ ਉਸੇ ਤਰੀਕੇ ਦਾ ਹੋਊਗਾ ਜਿਸ ਤਰੀਕੇ ਨਾਲ ਕਿਸੇ ਫਲਾਈਟ ਦੇ ਵਿੱਚ ਅਗਰ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰ ਰਹੇ ਹੋ। ਹਰ ਉਹ ਸਹੂਲਤ ਦਿੱਤੀ ਹੋਈ ਹੈ, ਤੁਹਾਨੂੰ ਇਹ ਨਹੀਂ ਲੱਗੂਗਾ ਤੁਸੀਂ ਬੱਸ 'ਚ, ਤੁਹਾਨੂੰ ਲੱਗੂਗਾ ਤੁਸੀਂ ਫਲਾਈਟ 'ਚ ਜਾਂ ਫਿਰ ਆਪਣੇ ਘਰ ਦੇ ਵਿੱਚ ਹੀ ਹੋ। ਥੈਂਕ ਯੂ।